الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم رب ثواب هذه السورة وهذا المجلس إلى أرواح المؤمنين والمؤمنات واجعل الجنة مثواهم واحشرهم مع النبي والآئمة الطيبين الطاهرين المعصومين رب صل على محمد وآل محمد صلوات بر محمد وآل محمد أعوذ بالله من الشيطان الرجيم بسم الله الرحمن الرحيم صلوات قال إمامنا الرابع عليه السلام إنا لأمي العباس درجة يغبطه بها جميع الشهداء صلوات اجازت میں پڑھنا شروع کر دیں آسمان جا سوریہ قامت سدرہ نشین عرش مکین زورہ جبین سلطان سلطنت وفا علمدار کربلا انہاں کو آکھو آچا مجمع چلو نیاز دے گھنوں تے وقت میں انتظار کر گھنوں نہیں سہیں ڈبل مائنڈڈ تھی وین دے وینا نیاز دے سو یا مجلے سن سو توجہ ہے سارے آپ علمدار کربلا دے اکتری لقب ہیں یہ پہلے لفظ میں تواری توجہ گھنن واسطے بولے ہیں سرکار دے اکتری لقب ہیں اور اتتوسن جان دیو نام کنیت خطاب لقب نہیں توجہ نہیں تواری بابا جائیں صاحب کمال و جلال دے لقب اکترین اس دے خطاب دے کیا تاثیر ہو سن اس دے القاب دے کیا برکات ہو سن اس دے نام دے کیا تلسم ہو سن بلکل ہماتن گوش ہو کے پیغام سننے
ਸੈਨ ਉਮੁਲ ਬਨੀਨ ਦੇ ਆਫਤਾਬ ਆਲਮ ਤਾਬ ਪੁੱਤਰ ਦੇ 31 ਲਕਬ ਇੱਕ ਸ਼ਖਸੀਅਤ ਦੇ ਇੱਕ ਹਸਤੀ ਦੇ 31 ਲਕਬ ਇੱਕ ਹਸਤੀ ਦੇ ਜਿਹੜੀ ਇਮਾਮ ਵੀ ਨਹੀਂ ਜਿਹੜੇ ਇਮਾਮ ਵੀ ਮੁਹਾਫਿਜ਼ ਇਮਾਮਤ ਹਨ, ਨਾਸਰ ਇਮਾਮਤ ਹਨ, ਨਿਗਹਿਬਾਨ ਇਮਾਮਤ ਹਨ, 31 ਲਕਬਨ ਅਲਕਾਬਨ 31 ਅੱਬਾਸ ਦੇ ਅਲਕਾਬਨ ਬਹਿਸੀਅਤ ਰਿਸਰਚ ਸਕਾਲਰ ਮੁਹੱਕਕ ਮੁਅਰਿਖ ਮੈਂ ਸਕਲੈਨ ਘੱਲੂ ਜਿਹੜੇ ਲਿਆਕਤ ਦੇ 31 ਅਲਕਾਬਾਤ ਪੜ੍ਹਨ ਮੈਂ ਕੁਛ ਸਾਰੇ ਲਕਬ ਬੇਮਿਸਾਲ ਨਜ਼ਰ ਆਏ ਮਗਰ ਉਹਨਾਂ ਅਲਕਾਬਾਤ 'ਚ ਇੱਕ ਐਸਾ ਲਕਬ ਮੈਂ ਡਿੱਠੇ ਜੈ ਲਕਬ ਦੇ ਸਾਹਮਣੇ ਮੈਂ ਕੋ ਮੁਸ਼ਤਰੀ ਅਤੇ ਮਰੀਖ ਜ਼ੇਰੇ ਕਮੰਦ ਮਹਿਸੂਸ ਹੋਏ ਮੁਸ਼ਤਰੀ ਅਤੇ ਮਰੀਖ ਕਿੱਥਨ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਲੋਧਰਾ ਬਾਬਲਪੁਰ ਬੱਖਰ ਨਹੀਂ ਬੁਲੰਦੀਆਂ ਤੇ ਮੁਸ਼ਤਰੀ ਅਤੇ ਮਰੀਖ ਹੀ ਲਕਬ ਦੇ ਸਾਹਮਣੇ ਮੈਂ ਕੁਜ਼ੇਰੇ ਕਮੰਦ ਨਜ਼ਰ ਆਏ ਚਲੋ ਮੈਂ ਲਫ਼ਜ਼ ਬਦਲ ਕੇ ਚਾਹਦਾ ਜੋ ਸਾਰੇ ਮਹਿਸੂਸ ਥੀ ਵੋ ਨਾ 31 ਅਲਕਾਬਾਤ 'ਚ ਆਕਦ ਇਹ ਉਹ ਲਕਬ ਏ ਜਿਵੇਂ ਅੰਧੇਰੀ ਰਾਤ 'ਚ ਆਮ ਤਾਰਾਂ ਦੇ ਦਰਮਿਆਨ ਕੌਕਬ ਦੂਰੀ ਚਮਕਦਾ ਖੜਾ ਹੁੰਦਾ ਉਹ ਕਿਹੜਾ ਲਕਬ ਏ ਬਈ 31 ਅਲਕਾਬਾਤ 'ਚ ਉਹ ਕਿਹੜਾ ਸੈਯਦ ਉਲ ਅਲਕਾਬ ਏ ਸਾਰੇ ਅਲਕਾਬ ਦਾ ਸਰਦਾਰ ਏ ਮੈਂ ਇੱਕ ਨਿਸ਼ਾਨੀ ਦਿੰਦਾ ਤੁਹਾਨੂੰ ਇਮਤਿਹਾਨ ਸਮਝੋ ਚਾ ਜ਼ੌਕ ਦਾ ਮਿਆਰ ਮੈਂ ਤੁਹਾਡਾ ਦੇਖਣਾ ਚਾਹੁੰਦਾ ਬਈ ਦੇਖਾਂ ਨਿਸ਼ਾਨੀ ਨਾਲ ਕਿਤਨੇ ਬੰਦੇ ਪਹੁੰਚਦੇ ਨੇ ਅੱਜ ਦੁਨੀਆ 'ਤੇ ਜਿਤਨੇ ਅਲਮ ਨਸਬ ਹਨ ਸਰਕਾਰ ਦੇ ਸਿਰਫ ਲੋਧਰਾ ਨਾ ਦੁਨੀਆ 'ਤੇ ਜਿਤਨੇ ਸਰਕਾਰ ਦੇ ਅਲਮ ਨਸਬ ਹਨ 99% ਅਲਮਾਂ ਦੇ ਫਰੇ 'ਤੇ ਇਹੋ ਲਕਬ ਲਿਖਿਆ ਹੋਏ ਚਲੋ ਅਗਰ ਤੁਹਾਨੂੰ ਦੇਰ ਥੀਵੇ ਤਾਂ ਮੈਂ ਤੁਹਾਡੀ ਦੇਰ ਬਚਾ ਟਾਈਮ ਬਚਾ ਗਿੰਦਾ ਕਮਰੋ ਬਨੀ ਹਾਸ਼ਿਮ ਉਹ ਕਿਹੜਾ ਲਕਬ ਏ ਕਮਰੋ ਬਨੀ ਹਾਸ਼ਿਮ ਤਵੱਜੋ ਰੱਖਾ ਹੈ ਭਾਈ ਇਹ ਅਸਲ ਲਫ਼ਜ਼ ਇਵੇਂ ਜਿਵੇਂ ਮੈਂ ਬੋਲਿੰਦਾ ਬੈਠਾ ਕਮਰੋ ਬਨੀ ਹਾਸ਼ਿਮ ਤਵੱਜੋ ਰੱਖਾ ਹੈ ਭਾਈ ਕਿਆ ਮਾਨਾ ਕਿਆ ਹੈ ਕਮਰੋ ਬਨੀ ਹਾਸ਼ਿਮ ਦਾ ਹਾਂ ਸਾਈਂ ਇੱਕ ਗੱਲ ਸੁਣ ਗਏ ਨਾ ਜੀ ਹਾਂ ਬਿਲਕੁਲ ਠੀਕ ਹੈ ਕਿ ਅਜ਼ਲ ਤੋਂ ਅਬਦ ਤੱਕ ਜਿਤਨੀ ਵੀ ਇਨਸਾਨੀਅਤ ਗੁਜ਼ਰੀਏ ਹੈ ਜਾਂ ਹੋ ਸੀ ਇਹ ਲਕਬ ਸਿਰਫ ਅੱਬਾਸ ਦਾ ਇਹ ਲਕਬ ਨਾ ਕਹੇ ਨਬੀ ਦਾ ਹੈ ਨਾ ਕਹੇ ਰਸੂਲ ਕੋ ਮਿਲਾ ਹੈ ਨਾ ਕਹੇ ਇਮਾਮ ਕੋ ਮਿਲਾ ਹੈ ਨਾ ਕਹੇ ਵਲੀ ਵਸੀ ਕੋ ਮਿਲਾ ਹੈ ਇਸ ਲਕਬ ਜਨਾਬ ਅੱਬਾਸ ਯਕਤਾ ਹੈ ਫਰਦ ਫਰੀਦ ਹੈ ਸ਼ਖਸ ਸ਼ਖੀਸ ਹੈ ਰੁਕਨ ਰਕੀਨ ਹੈ ਕੱਲ ਹੀ ਕਮਰ ਬਨੀ ਹਾਸ਼ਿਮ ਅੱਬਾਸ ਹਨ ਅੱਜ ਵੀ ਅੱਬਾਸ ਹਨ ਕਿਆਮਤ ਤੱਕ ਅੱਬਾਸ ਰਾਸ ਹਨ ਠੀਕ ਹੈ ਪੈਗਾਮ ਯਾਰ ਖੁਦਾ ਵਾਸਤੇ ਬਾਣ ਉੱਠਣ ਛੋੜ ਦਿਓ ਯਾਰ ਹੁਣ ਬਹੁ ਡਿਸਟਰਬ ਕਰ ਗਈ ਦੇਵੇ ਪੂਰੀ ਤਵੱਜੋ ਦੋਸਤਾਂ ਮਾਨਾ ਕਿਆ ਹੈ ਕਮਰ ਬਨੀ ਹਾਸ਼ਿਮ ਦਾ
ਹੁਣ ਇਹ ਰਸੈਂਦੇ ਪਏ ਆਵੇ ਠੀਕ ਰਸੈਂਦੇ ਪਏ ਹਾਸ਼ਮੀਓ ਕੱਚਾਂਦ ਹਾਸ਼ਮੀਆਂ ਦਾ ਭਾਈ ਜੀ ਹਾਸ਼ਮੀਆਂ ਦਾ ਚੰਨ 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 ਕਮਰੋ ਬਨੀ ਅਲੀ ਨਾ ਭਾਈ ਸਿਰਫ ਔਲਾਦ ਅਲੀ ਦਾ ਚੰਨ ਨਾ ਕਮਰੋ ਬਨੀ ਹਾਸ਼ਮ ਹਾਸ਼ਮੀਆਂ ਦਾ ਚੰਨ ਕਿਆ ਮਤਲਬ ਕਿ ਜਿਤਨਾ ਹਾਸ਼ਮੀ ਸ਼ਜਰ ਹੈ ਜਿਤਨਾ ਹਾਸ਼ਮੀ ਖੂਨ ਹੈ ਜਿਤਨਾ ਹਾਸ਼ਮੀ ਖਾਨਦਾਨ ਹੈ ਸਭ ਦਾ ਚੰਨ ਅੱਬਾਸ ਹੈ ਸ਼ਾਇਦ ਮੈਂ ਅਜਾ ਸਮਝਾ ਨਹੀਂ ਸਕਾ ਤੁਹਾਡਾ ਰਸੂਲ ਹੀ ਹਾਸ਼ਮੀ ਹੈ ਸੁਭਾਨ ਅੱਲਾ ਸੁਭਾਨ ਅੱਲਾ ਸਾਈਂ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਰਸੂਲ ਦਾ ਖਾਨਦਾਨ ਬੋਲੋ ਨਾ ਜਾਈ ਰਸੂਲ ਦੀ ਜ਼ਾਤ ਰਸੂਲ ਦੀ ਕੌਮ ਰਸੂਲ ਦੀ ਕਾਸਟ ਹਾਸ਼ਮੀ ਹੈ ਤਵੱਜੋ ਹੈ ਅਲੀ ਖੁਦ ਹੀ ਹਾਸ਼ਮੀ ਹੈ ਹਸਨ ਹੁਸੈਨ ਵੀ ਬਨੂ ਹਾਸ਼ਮ ਹੈ ਨਾ ਸਾਈਂ ਕਿਆ ਮਤਲਬ ਰਸੂਲ ਹਾਸ਼ਮੀ ਅਲੀ ਹਾਸ਼ਮੀ ਹਸਨੈਨ ਕਰੀਮੈਨ ਹਾਸ਼ਮੀ ਅਤੇ ਹਾਸ਼ਮੀਆਂ ਦਾ ਚੰਨ ਮਿਹਰਬਾਨੀ ਤਵੱਜੋ ਇਹ ਸਾਰੇ ਆਪਾਂ ਹਾਸ਼ਮੀਆਂ ਦਾ ਚੰਨ ਮੈਂ ਤੇ ਉੱਠਣ ਬਾਣ ਨਾਲ ਤਕਰੀਰ ਭੁੱਲਦੀ ਰਹਿੰਦੀ ਹੈ ਜੋ ਮੈਂ ਪੜ੍ਹਨਾ ਪਿਆ ਹੈ ਚਲੋ ਇੰਨਾ ਤਾਂ ਆ ਮੰਜ ਰੱਖਣੀ ਹੈ ਮੈਂ ਤੁਹਾਡੇ ਉੱਤੇ ਪਰੇਸ਼ਾਨ ਹਾਂ ਬਈ ਤੁਸਾਂ ਮੁਤਵੱਜੇ ਥੀ ਵੈਂਦੇ ਵੇ ਬਾਏ ਪਾਸੇ ਤੁਸਾਂ ਅਗਰ ਪੱਕੇ ਥੀ ਕਿ ਮੈਨੂੰ ਦੇ ਦੇ ਰਹੋ ਤਾਂ ਵੱਧ ਕੁਝ ਹੀ ਹੋਵੇ ਪਿਆ ਮੈਂ ਗੁਨਾ ਬੋਲਦੀ ਤਕਰੀਰ ਦਰੂਦ ਭੇਜੋ ਮੁਹੰਮਦ ਵਾਲ ਤਵੱਜੋ ਰਖਾਏ ਬੇਇਲਮ ਦੋਸਤ ਰਸੂਲ ਹਾਸ਼ਮੀ ਅਲੀ ਹਾਸ਼ਮੀ ਹਸਨੈਨ ਕਰੀਮੈਨ ਹਾਸ਼ਮੀ ਅਤੇ ਐਸੇ ਹਾਸ਼ਮੀਆਂ ਦੀ ਮੌਜੂਦਗੀ ਵਿੱਚ ਬੋਲੋ ਚੰਨ ਕੌਣ ਹੈ ਮੇਰਾ ਖਿਆਲ ਹੈ ਜੁਮਲਾ ਮੈਂ ਸਾਹਿਬ ਦਾ ਪੜ੍ਹੂੰ ਚਾ ਦੁਆ ਕਿਨੂੰ ਚਾ ਤਕਰੀਰ ਨਾ ਤੁਹਾਡਾ ਸੁਣਨ ਤੇ ਮੂਡ ਹੈ ਤੇ ਨਾ ਜ਼ਾਇਕ ਕਰੂੰ ਅਜੋ ਕਿ ਉੱਠਣ ਬਾਵਣ ਦੇ ਮਜਮੇ ਛੀਰਨ ਨਾਲ ਤਾਂ ਵੱਧ ਮੌਜੂਦ ਨਹੀਂ ਨਾ ਬਿਆਨ ਥੀਂਦਾ ਅੱਛਾ ਚੰਨ ਹਮੇਸ਼ਾ ਖੂਬਸੂਰਤੀ ਦਾ ਇਸ਼ਤਿਆਰਾ ਔਰ ਅਲਾਮਤ ਰਿਹਾ ਅਲਾਮਤ ਔਰ ਇਸ਼ਤਿਆਰਾ ਜਿੰਨਾ ਵੀ ਕਹੇ ਬੰਦੇ ਦਾ ਹੁਸਨ ਬਿਆਨ ਕਰਨਾ ਹੋਵੇ ਬ ਪੂਰੇ ਹੁਸਨ ਦੀ ਵਜ਼ਾਹਤ ਤੋਂ ਬਚਣ ਵਾਸਤੇ ਬੰਦੇ ਫੌਰਨ ਆ ਦੇਣ ਚੰਨ ਨੇ ਹਿੱਕੇ ਲਫ਼ਜ਼ ਦੇ ਚੰਨ ਆਖਣ ਨਾਲ ਪੂਰੇ ਹੁਸਨ ਦਾ ਤਾਰੁਫ ਥੀ ਵੈਂਦਾ ਬਜਾਏ ਇਸ ਦੇ ਜੋ ਉਸਦਾ ਹੁਲੀਆ ਦੱਸੋ ਉਸਦੇ ਨਕਸ਼ੋ ਨੈਣ ਦੱਸੋ ਬ ਚੰਨ ਜੋ ਆਖਾ ਗਈ ਹੈ ਮਜ਼ੀਦ ਵਜ਼ਾਹਤ ਦੀ ਜ਼ਰੂਰਤ ਅੱਛਾ ਰਸੂਲ ਹਾਸ਼ਮੀਨ ਰਸੂਲ ਦੇ ਬਨੀ ਹਾਸ਼ਮ ਦੇ ਸ਼ਜਰੇ ਚ ਨਾ ਰਸੂਲ ਬਾਈ ਚੰਨ ਹਾਸ਼ਮੀਆਂ ਦਾ ਅੱਬਾਸ ਹੈ ਕਿਆ ਰਸੂਲ ਦੇ ਹੁਸਨ 'ਚ ਕੋਈ ਕਮੀ ਹੈ ਜੋ ਚੰਨ ਅੱਬਾਸ ਹੈ
ਪਤਾ ਰਸੂਲ ਕਿਤਨੇ ਸੋਹਣੇ ਨੇ? ਸਾਡੇ ਰਸੂਲ ਕਿਹੜੇ ਸੋਹਣੇ ਨੇ? ਰਸੂਲ ਤੁਹਾਡਾ ਐਡਾ ਸੋਹਣਾ ਹੈ, ਜੇ ਆਪਣੇ ਹੁਸਨ ਜਮਾਲ ਦੀ ਤਾਕਤ ਅਤੇ ਬਲਬੋਤੇ ਨਾਲ ਪੂਰੀ ਜ਼ਿੰਦਗੀ ਉਸ ਬੇਦਿਲ ਦੇ ਦਿਲ 'ਤੇ ਹਕੂਮਤ ਕੀਤੀ ਹੈ। ਓਹ ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ। ਸਾਈਂ 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 ਅੱਲਾ ਬੇਦਿਲ ਹੈ ਨਾ ਸਾਡਾ ਅੱਲਾ, ਜਿਸਮ ਜਿਸਮਾਨੀਅਤ ਤੂੰ ਪਾ ਕੇ, ਮਗਰ ਤੁਹਾਡੇ ਰਸੂਲ ਨਾਲ ਮੁਹੱਬਤ ਕੀਤੀ ਸੀ ਜਾਂ ਨਾ? ਅਹਿਲੇ ਸੁਨਤ ਭਾਈਆਂ ਦੀ ਹੀ ਕਿਤਾਬ ਹੈ ਸ਼ੋਰਾ ਆਫਾਕ, ਯਾਨੀ ਮਸ਼ਹੂਰ ਕਿਤਾਬ ਹੈ ਇਹਯਾ ਉਲ ਉਲੂਮ। ਤਵੱਜੋ, ਇਹ ਕਿਤਾਬ ਦਾ ਨਾਂ ਹੈ ਇਹਯਾ ਉਲ ਉਲੂਮ, ਇਮਾਮ ਗਜ਼ਾਲੀ ਲਿਖੀ ਹੈ। ਉਹਨਾਂ ਲਿਖੇ ਜੋ ਰਸੂਲ ਦੀ ਬੀਵੀ ਆਇਸ਼ਾ ਰਿਵਾਇਤ ਕਰਦੀ ਹੈ ਕਿ ਕਦੇ ਹੀ ਅਗਰ ਰਾਤ ਕੋ ਮੇਰੀ ਸੂਈ ਗੁੰਮ ਥੀ ਵਣਿਆ, ਰਸੂਲ ਦਾ ਹੁਸਨ, ਰਸੂਲ ਦੀ ਖੂਬਸੂਰਤੀ, ਵੀ ਮੇਰੀ ਸੂਈ ਬੋਲੋ ਯਾਰ ਐਸ਼ਾ ਭਈਆ ਦੀ ਹੈ ਗੁੰਮ ਥੀ ਵਣਿਆ, ਤਾਂ ਮੈਂ ਕੁਡੀਵਾ ਤੇ ਚਿਰਾਗ ਨਹੀਂ ਜਲਾਵਣਾ ਪਾਉਂਦਾ, ਰਸੂਲ ਦੇ ਚਿਹਰੇ ਦੇ ਨੂਰ ਤੂੰ ਮੈਂ ਅੰਧੇਰੇ 'ਚ ਗੁੰਮਸ਼ੁਦਾ ਸੂਈ ਗੋਲ ਗਿਣਦੀ ਹਾਂ। ਤਾਂ ਤਾਂ ਮਹਿਬੂਬ ਖੁਦਾ ਠਹਿਰੇ ਨੇ, ਅੱਲਾ ਕੇ ਇਹ ਮੇਰਾ ਮਹਿਬੂਬ ਹੈ, ਐਸਾ ਸੋਹਣਾ ਖੜਾ ਹੈ ਹਾਸ਼ਮੀ ਸ਼ਜਰੇ 'ਚ, ਮਗਰ ਹਾਸ਼ਮੀਆਂ ਦਾ ਚੰਨ ਅੱਬਾਸ ਹੈ। ਅਲੀ ਗੜ ਸੋਹਣੇ ਨਾ 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 ਨਾ, ਜਲਦੀ ਨਾ ਕਰੋ, ਜਲਦੀ ਨਾ ਕਰੋ, ਜਲਦੀ ਨਾ ਕਰੋ, ਅਲੀ ਗੜ ਸੋਹਣੇ ਨੇ, ਏਡੇ ਸੋਹਣੇ ਨੇ ਜੋ ਤਸਵੀਰ ਖੁਦਾ ਬਣ ਗਏ ਨੇ। ਬਈ ਵਜਹੁੱਲਾ ਕੌਣ ਹੈ? ਐਨੁੱਲਾ ਕੌਣ ਹੈ? ਲਿਸਾਨੁੱਲਾ ਕੌਣ ਹੈ? ਜੰਬੁੱਲਾ ਕੌਣ ਹੈ? ਸਰ ਤੋਂ ਪੈਰਾਂ ਤੱਕ ਨਫਸੁੱਲਾ ਕੌਣ ਹੈ? ਕਹਾਣੀ ਖਤਮ ਹੋ ਗਈ। ਰਸੂਲ ਇਤਨੇ ਸੋਹਣੇ, ਮਹਿਬੂਬ ਖੁਦਾ ਅਲੀ ਇਤਨੇ ਸੋਹਣੇ, ਤਸਵੀਰ ਖੁਦਾ, ਮਹਿਬੂਬ ਖੁਦਾ, ਤਸਵੀਰ ਖੁਦਾ, ਹਸਨੈਨ ਕਰੀਮੈਨ ਸੈਦੈਨ ਸਿਫਤੈਨ ਸ਼ਿਬਲੈਨ ਸਨਦੈਨ, ਕਿਤਨੇ ਸੋਹਣੇ ਨੇ। ਕਿਤਨੇ ਹਸਨੈਨ, ਕਿਤਨੇ ਸੋਹਣੇ ਨੇ, ਤਵੱਜੋ ਰੱਖਾ ਹੈ ਭਾਈ। ਹੁਸਨ ਦੀ ਇੱਕ ਐਸੀ ਮੰਜ਼ਿਲ ਹੈ, ਹੁਸਨ ਉਸ ਮੰਜ਼ਿਲ 'ਤੇ ਹੋਵੇ ਬੰਦਾ ਦੇਖੇ ਚਾ, ਭੁੱਖਾ ਬੰਦਾ ਦੇਖੇ ਚਾ, ਤਸਾ ਬੰਦਾ ਦੇਖੇ ਚਾ, ਦੇਖਣ ਵਾਲਾ ਉਹਦੇ ਹੁਸਨ 'ਚ ਗੁੰਮ ਥੀ ਵੇਂਦੇ, ਭੁੱਖ ਤਸ ਤੂੰ ਬੇਨਿਆਜ਼ ਹੋ ਵੇਂਦੇ। ਠੀਕ ਹੈ, ਠੀਕ ਹੈ, ਠੀਕ ਹੈ, ਤਵੱਜੋ ਭਾਈ। ਹੁਸਨ ਦੇਖਣ ਨਾਲ ਉਹ ਇੱਕ ਮਿਆਰ ਹੈ ਹੁਸਨ ਦਾ, ਕਿ ਅਗਰ ਉਹ ਹੁਸਨ ਹੋਵੇ ਭੁੱਖੇ ਬੰਦੇ ਕੋ ਦਿਖਾਓ ਚਾ, ਤਵੱਜੋ ਭਾਈ, ਤਸੇ ਬੰਦੇ ਕੋ ਦਿਖਾਓ ਚਾ, ਖਾਣ ਪੀਵਣ ਤੋਂ ਬੰਦਾ ਬੇਨਿਆਜ਼ ਹੋਵੇ, ਤਵੱਜੋ ਹੈ, ਸੰਭਾਲ ਗਿਨ ਸੋ। ਹਸਨ ਹੁਸੈਨ ਕਿਤਨੇ ਸੋਹਣੇ, ਲਾ ਇਲਾਹ ਇਲੱਲਾ ਮੁਹੰਮਦ ਰਸੂਲੁਲਾ ਅਲੀਉਨ ਵਲੀਉਲਾ, ਕਈ ਦਫਾ ਰਸੂਲ ਸਫ਼ਰ ਤੋਂ ਘਰ ਵੱਲੇ ਨੇ ਬਿਸਤਰ 'ਤੇ ਬਾਂਹਦਿਆਂ ਇਰਸ਼ਾਦ ਫਰਮਾਇਆ ਨੇ, ਭੁੱਖਾ ਹੂੰ ਖਾਣਾ ਜਲਦੀ ਲਾਈਏ। ਖਾਣੇ ਦੀ ਤਿਆਰੀ ਦੇ ਦੌਰਾਨ ਰਸੂਲ ਦੀ ਝੋਲੀ 'ਚ ਹਸਨ ਹੁਸੈਨ ਆ ਕੇ ਬਹਿ ਗਏ। ਰਸੂਲ ਹਸਨ ਦਾ ਮੂੰਹ ਚੁੰਮੇ, ਹੁਸੈਨ ਦਾ ਬੋਸਾ ਕੀਤਾ, ਇਸੇ ਦੌਰਾਨ ਖਾਣਾ ਰੱਖਾ ਗਏ, ਰਸੂਲ ਖਾਣੇ ਤੋਂ ਦੇਖਦੇ ਨਹੀਂ, ਜਿਹੜਾ ਲਾਜ਼ੇ ਪਹਿਲੇ ਆਦੇ ਜੋ ਰੋਟੀ ਦਿਓ ਭੁੱਖਾਂ, ਹੁਣ ਖਾਣੇ ਤੋਂ ਬੇਨਿਆਜ਼ ਨੇ,
ਪੁੱਛਾਂਗੇ ਹਜ਼ੂਰ ਹੁਣੇ ਤਾਂ ਦੇਵੇ ਭੁੱਖੇ 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 ਖਾਣਾ ਠਰਦਾ ਪਿਆ ਹੋਵੇ। ਫਰਮਾਇਆ ਚਾਹ ਕਿਨੋ ਜਿਹੜੇ ਵੇਲੇ ਦੇ ਹਸਨ ਹੁਸੈਨ ਕੋ ਡਿੱਠਾ ਮੇਰੀ ਭੁੱਖ ਹੀ ਖਤਮ ਥੀ ਗਈ ਹੈ ਮੇਰੀ ਤ੍ਰੇ। ਰਸੂਲ ਮਹਿਬੂਬ ਖੁਦਾ ਅਲੀ ਤਸਵੀਰ ਖੁਦਾ ਹਸਨ ਹੁਸੈਨ ਦਾ ਹੁਸਨ ਐਸਾ ਦੇਖਣ ਨਾਲ ਭੁੱਖ ਤਸ ਖਤਮ। ਏਡੇ ਸੋਹਣ ਦੀ ਮੌਜੂਦਗੀ ਵਿੱਚ ਚੰਨ ਕੌਣ ਬਨੂ ਹਾਸ਼ਿਮ ਦਾ ਜਨਾਬੇ ਮੂਡ ਠੀਕ ਹੈ ਜਨਾਬ ਦੇ ਤੁਰੂੰ ਅੱਗਾਂ ਅੱਛਾ ਮੈਂ ਸਕਲੈਨ ਗੱਲੂ ਜਿਹੜੇ ਅਰਬੀ ਜ਼ਬਾਨ ਕੋ ਪੜ੍ਹੇ ਨਾ ਤਾਂ ਮੈਂ ਕੁਛ ਚੰਨ ਵਾਸਤੇ ਅਰਬੀ ਦੇ ਮੁਖਤਲਿਫ ਲਫ਼ਜ਼ ਨਜ਼ਰ ਆਏ ਬਈ ਅਰਬੀ ਜ਼ਬਾਨ ਨੇ ਚੰਨ ਕੋ ਕਿਆ ਕਿਆ ਆਖਾ ਵੈਂਦੇ ਭਾਈ ਜਿੱਥਾਂ ਚੰਨ ਦੀ ਅਰਬੀ ਕਮਰ ਏ ਉੱਥਾਂ ਚੰਨ ਕੋ ਅਰਬੀ ਵਿੱਚ ਹਿਲਾਲ ਹੀ ਆਖਾ ਵੈਂਦੇ ਹਿਲਾਲ ਦਾ ਮਨ ਹੀ ਚੰਨ ਤਵੱਜੋ ਰੱਖਾ ਹੈ ਇਹ ਜਿਹੜਾ ਲਫ਼ਜ਼ ਹੈ ਨਾ ਚਾਂਦ ਚੰਨ ਇਹ ਤਾਂ ਹਿੰਦੀ ਜ਼ੁਬਾਨ ਦੇ ਲਫ਼ਜ਼ ਹਨ ਚੰਨ ਅਤੇ ਚਾਂਦ ਇਹ ਸਾਡੀ ਧਰਤੀ ਜਿਹੜੀ ਅਸਲ ਹਿੰਦੁਸਤਾਨ ਦੀ ਹਿੰਦੀ ਹੈ ਨਾ ਹਿੰਦੀ ਵਿੱਚ ਚਾਂਦ ਅਤੇ ਚੰਨ ਨੇ ਅੰਗਰੇਜ਼ੀ ਵਿੱਚ ਇੱਕ ਕਮਰ ਹੀ ਸੜੇਂਦੇ ਨੇ ਹਿਲਾਲ ਹੀ ਸੜੇਂਦੇ ਨੇ ਬਾਦਰ ਹੀ ਸੜੇਂਦੇ ਨੇ ਤਵੱਜੋ ਰੱਖਾ ਹੈ ਭਾਈ ਉਹ ਨਾਲ ਮੁਨੀਰ ਹੋਵੇ ਤਾਂ ਵਾ ਤਵੱਜੋ ਰੱਖਾ ਹੈ ਭਾਈ ਇਲਮ ਦੋਸਤ ਵਾ ਫਾਰਸੀ ਵਿੱਚ ਇੱਕ ਮਾਹ ਹੀ ਸੜੇਂਦੇ ਨੇ ਮਹਤਾਬ ਹੀ ਸੜੇਂਦੇ ਨੇ ਮਾਹੇ ਦੋ ਹਫ਼ਤੇ ਹੀ ਸੜੇਂਦੇ ਨੇ ਤਵੱਜੋ ਰੱਖਾ ਹੈ ਭਾਈ ਸੋਰੀ ਮਾਹੇ ਦੋ ਹਫ਼ਤਾ ਤਾਂ ਚੌਦਵੀਂ ਦੇ ਚੰਨ ਕੋ ਭਾਈ ਪੂਰੀ ਤਵੱਜੋ ਚੰਨ ਵਾਸਤੇ ਅਰਬੀ ਵਿੱਚ ਹਿਲਾਲ ਵੀ ਬੋਲ ਆਵੈਂਦੇ ਕਮਰ ਹੀ ਬੋਲ ਆਵੈਂਦੇ ਹੁਣ ਮੈਂ ਅਰਬੀ ਡਿਕਸ਼ਨਰੀਆਂ ਡਿੱਠੀਆਂ ਬਈ ਅੱਬਾਸ ਕੋ ਕਮਰ ਆਖਾ ਗਏ ਹਿਲਾਲ ਕਿਉਂ ਨਹੀਂ ਆਖਾ ਗਿਆ ਸਾਈਂ ਜਬਕਿ ਹਿਲਾਲ ਹੀ ਅਰਬੀ ਦਾ ਲਫ਼ਜ਼ ਹੈ ਬਿਤਾਲੀ ਕਿਤਾਬਾਂ ਜਨਾਬ ਅੱਬਾਸ ਤੇ ਇਨਫਰਾਦੀ ਇਮਤਿਆਜ਼ੀਆਂ ਲਿਖੀਆਂ ਜਾ ਚੁੱਕੀਆਂ ਸਾਰਾ ਅੱਬਾਸ ਦਾ ਲਕਬ ਕਮਰ ਬਨੀ ਹਾਸ਼ਿਮ ਲਿਖਿਆ ਕਹੇ ਵੀ ਹਿਲਾਲ ਬਨੀ ਹਾਸ਼ਿਮ ਨਹੀਂ ਲਿਖਿਆ ਮੈਂ ਸੋਚੇ ਯਾਰ ਅਰਬੀ ਅੱਜ ਹਿਲਾਲ ਹੀ ਚੰਨ ਕੋ ਆਦਿਨ ਕਮਰ ਹੀ ਚੰਨ ਕੋ ਆਦਿਨ ਕਮਰ ਹਰ ਕਹੇ ਲਿਖੇ ਇਹ ਹਿਲਾਲ ਕਹੇ ਕਿਉਂ ਨਹੀਂ ਲਿਖਾ ਬਸ ਫੌਰਨ ਉਹਨਾਂ ਫਰਕ ਦੱਸੇ ਕਮਰ ਤੇ ਹਿਲਾਲ ਵਿੱਚ ਕਮਰ ਆਦਿਨ ਪਹਿਲੀ ਤੂੰ ਤ੍ਰੀਜੀ ਤੱਕ ਦੇ ਚੰਨ ਕੋ ਸੋਰੀ ਹਿਲਾਲ ਆਦਿਨ ਪਹਿਲੀ ਤੂੰ ਤ੍ਰੀਜੀ ਤੱਕ ਦੇ ਚੰਨ ਕੋ ਪਹਿਲੀ ਦਾ ਚੰਨ ਹਿਲਾਲ ਦੂਜੀ ਦਾ ਚੰਨ ਹਿਲਾਲ ਤ੍ਰੀਜੀ ਦਾ ਚੰਨ ਹਿਲਾਲ ਚੌਥੀ ਤੂੰ ਕਮਰ ਪੰਜਵੀਂ ਤੂੰ ਕਮਰ ਛੀਵੀਂ ਵਾ ਤੋੜ ਤੱਕ ਕਮਰ ਬੋਲਾ ਵੈਂਦੇ ਕਿਆ ਮਤਲਬ ਜਬ ਤੱਕ ਚੰਨ ਕਮਜ਼ੋਰ ਹੁੰਦੇ ਉਹ ਕੋ ਹਿਲਾਲ ਸੱਡਾ ਵੈਂਦੇ ਪਹਿਲੀ ਤਾਂ ਚੰਨ ਕਮਜ਼ੋਰ ਹੁੰਦੇ ਨਾ ਛੋਟਾ ਹੁੰਦੇ ਨਾ ਬਾਬਾ ਕਹੇ ਡਿੱਠਾ ਕਹੇ ਕੋ ਨਜ਼ਰ ਨਾ ਆਇਆ ਉਮਰ ਵੀ ਥੋੜ੍ਹੀ ਜਿਸਮਾਨੀ ਤੌਰ ਵੀ ਕਮਜ਼ੋਰ ਅਤੇ ਜਿਹੜੇ ਲਈ ਤਾਕਤਵਰ ਹੋ ਵੈਂਦੇ ਮੁਕੰਮਲ ਹੋ ਵੈਂਦੇ ਉਹ ਕੋ ਕਮਰ ਸਾਡਾ ਵੈਂਦੇ ਤਵੱਜੋ ਨਹੀਂ ਫਰਮਾਈ ਮੇਰੇ ਬਾਈ ਜਬ ਤੱਕ ਚੰਨ ਨਾਕਿਸ ਹਿਲਾਲ ਜਿਹੜੇ ਲਈ ਬੇਅਬ ਕਮਰ ਅੱਬਾਸ ਕੋ ਕਮਰ ਆਖ ਕੇ ਦੱਸਾ ਗਏ ਹੇ ਗੈਰ ਇਮਾਮ ਮਗਰ ਬੇਅਬ ਨਹੀਂ ਗੌਰ ਨਹੀਂ ਫਰਮਾਇਆ ਤੁਸਾਂ ਭਾਈ ਅੱਬਾਸ ਇਮਾਮ ਤੋਂ ਨਹੀਂ ਨਾ ਕਮਰ ਆਖ ਕੇ ਦੱਸਾ ਗਏ ਹੇ ਗੈਰ ਇਮਾਮ ਮਗਰ ਦੁਨੀਆਂ ਦੇ ਕਹੇ ਨਕਸ ਅੱਬਾਸ ਕੋ ਮਸ ਨਹੀਂ ਕੀਤਾ ਦੁਨੀਆਂ ਦੇ ਕਹੇ ਐਬ ਅੱਬਾਸ ਕੋ ਮਸ ਨਹੀਂ ਕੀਤਾ ਅੱਬਾਸ ਗੈਰ ਇਮਾਮ ਹੋ ਕੇ ਕਾਮਿਲ ਵੀ ਹੈ ਅਕਮਲ ਵੀ ਹੈ ਜੇ ਕੋਈ ਐਬ ਕੋਈ ਕਮਜ਼ੋਰੀ ਹੋਵੇ ਆ ਤਾਂ ਹਿਲਾਲ ਬਨੀ ਹਾਸ਼ਿਮ ਹੋਵੇ ਆ
ਇਹ ਕਮਰ ਬਨੀ ਹਾਸ਼ਮ ਆ ਕੇ ਦੱਸਾਂਗੇ ਜੋ ਅਬਾਸ ਬੇਅਬ ਹੈ, ਜਿਹੜਾ ਬੇਅਬ ਹੋਵੇ ਉਹ ਕੋ ਆਦਨ ਮਾਸੂਮ। ਮੇਰੇ ਖਿਆਲ ਮੈਂ ਹਾਰ ਮੰਨ ਕੇ ਛੋੜ ਦੇਵਾਂ। ਨਾ 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 ਨਾ, ਐਬਦਾਰ ਹੁੰਦੇ ਗੈਰ ਮਾਸੂਮ, ਬੇਅਬ ਹੁੰਦੇ ਮਾਸੂਮ। ਅਬਾਸ ਕੋ ਕਮਰ ਆਖ ਕੇ ਦੱਸਾਂਗੇ ਜੋ ਗੈਰ ਇਮਾਮ ਹੋ ਕੇ ਬੇਅਬ ਹੈ, ਗੈਰ ਇਮਾਮ ਹੋ ਕੇ ਸਾਹਿਬ ਇਸਮਤ ਹੈ। ਉਹ ਭਾਈ ਨੌਜ਼ੂ ਬਿੱਲਾ, ਕੋਈ ਅਬਾਸ ਵਿੱਚ ਨਕਸ ਹੁੰਦਾ ਤਾਂ ਹਿਲਾਲ ਆਖਾ ਗਿਆ ਹੋਵੇ। ਹਿਲਾਲ ਇਸ ਵਾਸਤੇ ਨਹੀਂ ਆਖਾ ਗਿਆ ਜੋ ਹਿਲਾਲ ਨਾਕਿਸ ਚੰਨ ਹੁੰਦੇ, ਕਮਰ ਮੁਕੰਮਲ ਤੇ ਬੇਅਬ ਚੰਨ ਹੁੰਦੇ। ਹੁਣ ਮਜਲਿਸ ਤਾਂ ਮੈਂ ਸਿਆਣੇ ਲੋਕਾਂ 'ਚ ਪੜ੍ਹਦਾ ਬੈਠਾ, ਜੈ ਵਿਹੜੇ ਦਾ ਅਬਾਸ ਕਮਰ ਏ, ਊਂ ਵਿਹੜੇ ਦਾ ਅਲੀ ਕਿਆ ਹੋ ਸੀ, ਹਸਨ ਕਿਆ ਹੋ ਸੀ, ਹੁਸੈਨ। ਖੁਸ਼ੀ ਵੇ, ਅੱਛਾ ਸ਼ੋਹਰਤ ਹੈ ਕਿ 14 ਮਾਸੂਮ ਹੈ, ਮਸ਼ਹੂਰ ਹੈ ਹਮਾਰੇ 14, ਕੋਈ ਸ਼ੱਕ ਨਹੀਂ 14 ਮਾਸੂਮ ਹਨ। ਤਵੱਜੋ ਰੱਖਾ ਹੈ, ਮਗਰ ਅਬਾਸ ਵੀ ਸਾਹਿਬ ਇਸਮਤ ਹਨ, ਜਨਾਬ ਅਲੀ ਅਕਬਰ ਵੀ ਸਾਹਿਬ ਇਸਮਤ ਹਨ, ਮੌਲਾ ਮੀਰ ਅਲ ਇਸਲਾਮ ਦੀਆਂ ਪਾਕ ਸ਼ਾਹਜ਼ਾਦੀਆਂ ਵੀ ਸਾਹਿਬ ਇਸਮਤ ਹਨ। ਨਾ ਹੀ ਢਿੱਲੇ ਥੀ ਗਏ ਵੇ, ਪਰੇਸ਼ਾਨ ਥੀ ਗਏ ਵੇ। ਇਹ ਮੇਰੇ ਕੋਲ ਪਹਿਲੇ ਜ਼ਾਕਿਰ ਸਾਹਿਬ ਕਿਹੜੇ ਇਮਾਮ ਦਾ ਮਸਾਹਿਬ ਪੜ੍ਹਦੇ ਪਏ ਹਨ, ਠੀਕ ਹੈ, ਸੱਤਵੇਂ ਇਮਾਮ ਦਾ ਨਾ, ਮੂਸਾ ਕਾਜ਼ਿਮ ਅਲ ਇਸਲਾਮ ਦਾ 7ਵਾਂ ਨੰਬਰ ਹੈ। 7ਵੇਂ ਇਮਾਮ ਦੀ ਇੱਕ ਬੇਟੀ ਕੁੰਮ ਸਾਹਿਬ ਰੌਜ਼ਾ ਔਰ ਦਫ਼ਨ ਹੈ। ਕਿਹੜੀ ਬੇਟੀ ਹੈ? ਸੁਭਾਨ ਅੱਲਾ, ਨਾਮ ਤੋਂ ਫਾਤਿਮਾ ਹੈ ਉਹਨਾਂ ਦਾ। ਹੁਣ ਜੇ ਘਰਾਨੇ ਦੇ 7ਵੇਂ ਇਮਾਮ ਦੀ ਬੇਟੀ ਮਾਸੂਮ ਹੈ, ਉਸ ਘਰਾਨੇ ਦੇ ਪਹਿਲੇ ਅਲੀ ਦੀਆਂ ਬੇਟੀਆਂ ਗੈਰ ਮਾਸੂਮ ਆ, ਉਸ ਜਿੱਥਾ 7ਵੇਂ ਇਮਾਮ ਦੀ ਬੇਟੀ ਦਾ ਲਕਬ ਮਾਸੂਮ ਹੈ, ਉੱਥਾ ਅਲੀ ਦੀਆਂ ਬੇਟੀਆਂ ਗੈਰ ਮਾਸੂਮਾਂ ਹੋ ਸਕਦੀਆਂ। ਤਵੱਜੋ, ਬਸ ਮੈਂ ਸਿਮਟਿਆਂ ਦਾ ਪਿਆ ਬਿਆਨ। ਅਬਾਸ ਸਾਹਿਬ ਇਸਮਤ ਹਨ, ਤਵੱਜੋ, ਅਬਾਸ ਹਰ ਐਬ ਰੈਬ ਨਕਸ ਤੋਂ ਪਾਕ ਹਨ, ਅਬਾਸ ਕਾਮਿਲ ਅਕਮਲ ਹਨ। ਚਲੋ ਮੈਂ ਲਫ਼ਜ਼ ਆਦਾਂ ਚਾ ਤਾਂ ਕਿ ਅਗਲੀ ਰਿਵਾਇਤ ਤੁਹਾਡੇ ਵਾਸਤੇ ਸਮਝਣੀ ਸੌਖੀ ਹੋ ਵਣੇ। ਇਹ ਤਾਂ ਅੱਲਾਹ ਦਾ ਫੈਸਲਾ ਹਾਈ ਜੋ ਇਸ ਘਰਾਨੇ ਦੇ ਇਮਾਮ ਸਿਰਫ 12 ਹੋ ਸਨ। ਅਗਰ 12 ਵਾਲਾ ਅਦਦ ਮਖਸੂਸ ਨਾ ਹੁੰਦਾ ਤਾਂ ਇਸ ਘਰਾਨੇ ਦਾ ਹਰ ਫਰਦ ਇਮਾਮਤ ਦੀ ਸਲਾਹੀਅਤ ਰੱਖਦਾ। ਸ਼ਾਬਾਸ਼, ਪਤਾ ਨਹੀਂ ਮੈਂ ਕਿਆਦਾ ਬੈਠਾ, ਸ਼ਾਇਦ ਮੁਸ਼ਕਿਲ ਗੱਲ ਕਰਨ ਦਾ ਬੈਠਾ, ਮੈਂ ਦੱਸਾਂ। ਅੱਛਾ, ਰਸੂਲ ਕੋ ਗੁਸਲ ਕਾਇਮ ਦਿੱਤਾ ਹੈ ਸਾਡੇ ਰਸੂਲ ਕੋ, ਕੋਈ ਸ਼ੱਕ ਹੈ? ਮੌਲਾ ਅਲੀ ਅਲੈਹਿ ਸਲਾਮ ਕੋ ਕਾਇਮ ਦਿੱਤਾ ਹੈ, ਹਸਨ ਹੁਸੈਨ, ਠੀਕ ਹੈ, ਕੋਈ ਸ਼ੱਕ ਵਾਲੀ ਗੱਲ ਹੈ? ਇਵੇਂ ਗੱਲ ਹੈ, ਕਿਉਂ? ਸ਼ਾਬਾਸ਼, ਇਹ ਗੱਲ ਤਾਂ ਮੈਂ ਅਖਵਾਉਣਾ ਚਾਹੁੰਦਾ। ਮਾਸੂਮ ਕੋ ਸਿਵਾਏ ਮਾਸੂਮ ਦੇ ਕੋਈ ਗੁਸਲ ਦੇ ਨਹੀਂ ਸਕਦਾ। ਲਾ ਇਲਾਹ ਇਲੱਲਾ ਮੁਹੰਮਦ ਉਰ ਰਸੂਲੁੱਲਾ ਅਲੀਉਨ ਵਲੀਉੱਲਾ, ਜਿਤਨੀਆਂ ਕਿਤਾਬਾਂ ਆਖੋ ਮੈਂ ਦਿਖਾ ਸਕਦਾ, ਮਾਸੂਮ ਕੋ ਮਾਸੂਮ ਦੇ ਬਗੈਰ ਗੁਸਲ ਦੇ ਕੋਈ ਨਹੀਂ ਸਕਦਾ। ਮੌਲਾ ਅਲੀ ਤੇ ਇਮਾਮ ਹਸਨ ਦੇ ਗੁਸਲ 'ਚ ਹਸਨ ਹੁਸੈਨ ਸਮੇਤ ਅਬਾਸ ਬਰਾਬਰ ਸ਼ਾਮਿਲ ਰਿਹਾ।
क्या सुना वे, क्या सुना वे? मैं चाहता जो अलम नाल तुहाडी मुहब्बत पहले तो ज्यादा थी वने भाई, जिथा नहीं भी सही अलम तो उथे अलम नसब हो, जिथा है तो उनकी ऊंचाई वध वने। अली दे गुसले ची भिरामा नाल अब्बास शामिल, इमाम हसन दे गुसले ची मौला गाजी बोलो शामिल, ठीक हो मूड तबीयत जेन मजले से चेन पक्की गाल है साईं। अच्छा ये कहीं सोचा वे जो मासूम को गुसल देवन वास्ते मासूम होना क्यों जरूरी है? शायद इस आले मोहम्मद दे गुलाम को पहले ये बादशिया मिंबर ते ना आई होवे, पूरी जिम्मेदारी ना। मासूम दे होंदे डू रुख, कितने डू रुख, एक रुख नाल उंदा राबता होंदे अल्लाह नाल, दूजे रुख नाल उंदा राबता होंदे बशर नाल मखलूक नाल। जेड़े ले मासूम दुनिया तू बुरका वटेंदे पर्दा करेंदे, वो बशरियत आला रुख मासूम दा खत्म हो वेंदे, खालिस रुख बंदे बचदे ओ जेड़ा अल्लाह नाल मरबूत होंदे। चूंकि गैर मासूम दियां अखी वो रुख मुकम्मल संभाल नहीं सकदियां, नहीं 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 मैं आसान करें ना, तुहाडे रसूल को मौला अली गुसल पै दें, फजल बिन अब्बास नाम दा एक बंदा आ गए, तवज्जो भाई। मौला अली फरमाए तू किवें आयो? उसा कहे जी मैं गुसल देखना आया रसूल दा। सरकार फरमाया तू? आखे जी मैं देख सा, तुसा देख गुसल मैं देख सा, गौर है। सरकार फरमाया पहली गाल तो है जो लगा वन, जे खड़द ही हैं तो अखी बंद कर खड़, नहीं तो अंधा थी वैसे। मैं तो आपको इल्म दोस्त समझ के मौजू शुरू किए, हालांकि मुलाकात इतना पहली है, तवज्जो रखा इल्म दोस्त। सरकार फरमाया लगा वन ये खड़ दई है ताकि नूट चा बे रसूल दी हुन ऐसी कैफियत है जो बशर ताकत ही नहीं देखे, ओए अंधा थी वैसे अखी दे बासे। शायद शायद तुसे गौर ही नहीं फरमाया कोहे तूर ते मूसा अल्लाह को आखे जलवा दिखा, अल्लाह एक जलवा नूर दा दिखाए, मूसा बर्दाश्त कर संगे? कुरान की कसम है नूर का एक जलवा मूसा बर्दाश्त नहीं कर सकता। अब्बास अली दे गुसले च शामिल, हसन दे गुसले च, भाई वो ऐसा नूर, तवज्जो भाई। नहीं 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 कोहे तूर ते अल्लाह, अल्लाह तो वह जात है जो अखी देख ही नहीं सकदियाँ, वत वह कहता नूर हा जाता एक जलवा मूसा नबी नहीं बर्दाश्त कर संगा, मूसा एक जलवा बर्दाश्त नहीं कर संगा, अब्बास अली का नूर ही असली देखता रे, हसन का नूर ही असली देखता। तवज्जो भाई, दुरूद पढ़ गए अब्बास की जात बुलंद। अच्छा कमर बनी हाशिम कौन? सारे बोलो जनाबे अब्बास। हुस्न होंदे दो किस्म दे, एक जाहिरी एक बातनी। जाहिरी हुस्न और बातनी हुस्न होंदा क्या है? कि थाई जाहिरी हुस्न होंदा है
ਬਾਤਨੀ ਨਹੀਂ ਹੁੰਦਾ। ਕਿੱਥਾਂ ਬਾਤਨੀ ਹੁੰਦਾ ਹੈ, ਜ਼ਾਹਿਰੀ ਨਹੀਂ ਹੁੰਦਾ। ਬੰਦਾ ਬੜਾ ਖੂਬਸੂਰਤ ਹੈ, ਬੜਾ ਕਦ ਆਵਰ ਹੈ, ਰੰਗ ਸਫੇਦ ਹੈ, ਆਜ਼ਾ ਅਤੇ ਜਵਾਰੇ ਮੌਜ਼ੂਨ ਅਤੇ ਮੁਤਨਾਸਿਬ ਹਨ। ਸਲਾਮ ਕੀਤਾ, ਜਵਾਬ ਨਹੀਂ ਦਿੱਤਾ, ਬਦਅਖਲਾਕ ਹੋ ਗਿਆ ਨਾ, ਮਹਿਮਾਨ ਬਣਿਓ, ਚਾਹ ਪਾਣੀ ਨਹੀਂ ਪੁੱਛਿਆ। ਕਿਆ ਮਤਲਬ, ਜ਼ਾਹਿਰ ਸੋਹਣਾ ਹੈ, ਬਾਤਿਨ ਬੋਲੋ ਯਾਰ ਸੋਹਣਾ ਨਹੀਂ। ਬੰਦਾ ਬੜਾ ਮਹਿਮਾਨ ਨਵਾਜ਼ ਹੈ, ਬੜਾ ਖੁਸ਼ ਅਖਲਾਕ ਹੈ, ਜ਼ਾਹਿਰਨ ਖੂਬਸੂਰਤ ਨਹੀਂ, ਇੱਥਾਂ ਬਾਤਿਨ ਸੋਹਣਾ, ਜ਼ਾਹਿਰ ਕਮਜ਼ੋਰ। ਜ਼ਾਹਿਰ ਵੀ ਸੋਹਣਾ ਹੋਵੇ, ਬਾਤਿਨ ਵੀ ਸੋਹਣਾ ਹੋਵੇ, ਇਹ ਕਿੱਥਾਂ ਹੀ ਹੁੰਦਾ ਹੈ। ਸੋਭੇ ਅਜ਼ਲ ਤੋਂ ਘਿਰ ਕੇ ਸ਼ਾਮੇ ਅਬਦ ਤੱਕ, ਅੱਬਾਸ ਕਾਇਨਾਤ ਦੀ ਉਹ ਹਸਤੀ ਹੈ ਜਿਹਦਾ ਜ਼ਾਹਿਰ ਹੀ ਕਮਰੇ ਬਣੀ ਹਾਸ਼ਿਮ ਹੈ, ਜਿਹਦਾ ਬਾਤਿਨ ਹੀ ਕਮਰੇ। ਬਸ ਸਮੇਟ ਕੇ ਦੇਵਾਂ ਬਿਆਨ ਸਾਰਾ, ਇਖਤਿਤਾਮ ਪਜ਼ੀਰ ਗੁਫ਼ਤਗੂ ਮੇਰੀ, ਆਖਰੀ ਜੁਮਲਾ ਸਾਈਂ ਮਹਿਫੂਜ਼ ਕਰਨ ਦੀ ਕੋਸ਼ਿਸ਼ ਕਰਾ ਹੈ ਸਾਈਂ। ਕਮਰ ਬਨੀ ਹਾਸ਼ਿਮ, ਹਾਸ਼ਮੀਓ ਕਾ ਚਾਂਦ, ਤਵੱਜੋ। ਔਰ ਇਹੀ ਤੁਹਾਨੂੰ ਦੱਸ ਦੇਵਾਂ, ਵਕਤ ਨਹੀਂ ਮੇਰੇ ਕੋਲ ਇਤਨਾ। ਰਸੂਲ ਦੇ ਪਰਡਾਡੇ ਜਨਾਬੇ ਅਬਦੇ ਮੁਨਾਫਕੂ ਮੱਕਾ ਦਾ ਚੰਨ ਆਖਾ ਗਏ, ਰਸੂਲ ਦੇ ਵਾਲਿਦ ਕੋ ਖੂਬਸੂਰਤੀ ਵਜ੍ਹਾ ਤੋਂ ਕਾਬਾ ਦਾ ਚੰਨ ਆਖਾ ਗਏ। ਹਦੀਸ ਏ ਕਿਸਾ ਚ ਖੁਦ ਤੁਹਾਡੇ ਰਸੂਲ ਕੋ ਕਮਰ ਆਖਾ ਗਏ। ਤਵੱਜੋ ਰੱਖਾ ਹੈ ਭਾਈ, ਮੌਲਾ ਇਮਾਮ ਹੁਸੈਨ ਦੇ ਸਰ ਕੋ ਸ਼ਾਮ ਤੱਕ ਨੇਜ਼ੇ ਤੇ ਚੰਨ ਆਖਾ ਗਏ, ਸ਼ਹਿਜ਼ਾਦੇ ਅਮੀਰ ਕਾਸਿਮ ਕੋ ਸ਼ਾਮੀਆਂ ਚੰਨ ਆਖੇ ਕਰਬਲਾ, ਅਮੀਰ ਮੁਸਲਿਮ ਦੀ ਜੋੜੀ ਕੋ ਹਪਸ਼ਣ ਔਰਤ ਜਿਹੜੀ ਪਾਣੀ ਭਰਨ ਗਈ ਹੈ ਯਾਰਸ ਦੀ ਕਨੀਜ਼, ਉਸ ਆਖੇ ਮੈਂ ਕੋਈ ਇਵੇਂ ਲੱਗਦਾ ਜੋ ਭਾਈ ਇਹ ਪਾਣੀ ਦੇ ਵਿੱਚ ਡੂ ਚੰਨ ਲਹਿਆ ਹੈ। ਹੁਣ ਸਵਾਲ ਕਰੋ ਸਕਲੈਨ, ਇਹ ਹਸਤੀਆਂ ਵੀ ਚੰਨ ਹਨ ਅਤੇ ਅੱਬਾਸ ਚੰਨ ਹੈ, ਫਰਕ ਕਿਆ ਹੈ ਭਾਈ? ਇਹ ਹਸਤੀਆਂ ਚੰਨ ਹਨ ਤਾਂ ਤਾਰੀਖ ਹਾਲਾਂ ਲਿਖਿਆ ਹੈ, ਫਰਕ ਹੈ ਇਹ ਤਾਰਾਂ 'ਚ ਚੰਨ ਹੈ, ਅੱਬਾਸ ਚੰਨਾਂ 'ਚ ਚੰਨ ਹੈ। ਚੰਨਾਂ ਦੇ ਚੰਨ ਕੁ ਅਰਬੀ ਸਨੈਂਦਿਨ ਕਮਰ ਉਲ ਅਕਮਾਰ, ਕਮਰ ਦੀ ਜਨੈ ਜਮੈ ਅਕਮਾਰ। ਬਸ ਖਤਮ, ਆਖਰੀ ਜੁਮਲਾ ਦੁਆ, ਕਾਫੀ ਦੇਰ ਹੋ ਗਈ ਮੈਂ ਪੜ੍ਹਦੇ, 40 ਮਿੰਟ ਤਕਰੀਬਨ ਠੀਕ ਗਏ। ਇਹ ਤੁਹਾਡੀ ਮੁਹੱਬਤ, ਇਹ ਤੁਹਾਡਾ ਜ਼ੌਕ ਕਿਹੜਾ ਸੋਹਣਾ, ਅੱਜ ਮੈਂ ਮਹਿਸੂਸ ਹੀ ਨਹੀਂ ਥਿਆ। ਜੁਮਲਾ ਆਖਰੀ ਹੈ ਅਤੇ ਮਹਿਫੂਜ਼ ਕਰਾਇਆ ਅਤੇ ਮੈਂ ਵਹਿੰਦਾ ਪਿਆ, ਤਵੱਜੋ ਭਾਈ। ਜਿਹੜਾ ਹੁਸਨ ਦਾ ਮਿਆਰ ਹੈ ਨਾ, ਮਿਆਰ ਹੈ ਹੁਸਨ, ਇਹ ਮਬਨੀ ਅਲਾ ਸ਼ਊਰ ਔਰ ਫਹਿਮ ਹੈ, ਤਵੱਜੋ। ਮੈਂ ਆਦਾਂ ਕਿ ਇਹ ਅੰਗੂਠੀ ਖੂਬਸੂਰਤ ਯਾਰ, ਇਹ ਬੜਾ ਖੂਬਸੂਰਤ ਫਿਰੋਜ਼ ਹੈ। ਜਿੱਦਾਂ ਕਈ ਜੌਹਰੀ ਕੁ ਲਿਖੇ ਸੋ, ਜਿਹੜਾ ਪੱਥਰ ਸ਼ਨਾਸ ਹੋਵੇ, ਉਹ ਅਕਸ ਯਾਰ ਸਕਲੈਨ ਤਾਂ ਆਪਣੇ ਇਲਮ ਨਾਲ ਠੀਕ ਆਖ ਹੈ, ਲੇਕਿਨ ਇਹਦਾ ਰੰਗ ਥੋੜ੍ਹਾ ਤੇਜ਼ ਹੈ। ਹਾਏ ਹਾਏ, ਉਸ ਤੋਂ ਜ਼ਿਆਦਾ ਜਿਹੜਾ ਸਿਆਣਾ ਬੰਦਾ ਦੇਖ ਸੀ, ਉਹ ਯਾਰ ਤੁਸੀਂ ਠੀਕ ਆਖਿਆ, ਮਗਰ ਇਸ ਇਹ ਨਕਸ ਇਹ ਆਏ ਬੇ, ਲਾ ਇਲਾਹ ਇਲੱਲਾ ਮੁਹੰਮਦ ਰਸੂਲੁੱਲਾ ਅਲੀਉਨ ਵਲੀਉੱਲਾ। ਅੱਬਾਸ ਕੋ ਹਾਸ਼ਮੀਆਂ ਦਾ ਚੰਨ ਕਹੇ ਆਲਮ ਨਹੀਂ ਆਖਾ, ਭਾਈ ਜੋ ਬੰਦਾ ਆਖੇ ਭਾਈ ਕੋਈ ਗੁੰਜਾਇਸ਼ ਹੋ ਸੀ ਹੁਸਨ ਹੀ, ਤਵੱਜੋ ਰੱਖਾ ਹੈ ਭਾਈ। ਕਹੇ ਮੁਅਰਖ ਨਹੀਂ ਆਖਾ, ਕਹੇ ਜ਼ਾਕਿਰ ਮੁਹੱਦਿਸ ਨਹੀਂ ਆਖਾ, ਕਹੇ ਮੁਫਤੀ ਆਜ਼ਮ ਅਤੇ ਸ਼ੇਖ ਉਲ ਹਦੀਸ ਨਹੀਂ ਆਖਾ। ਅੱਬਾਸ ਕੋ ਹਾਸ਼ਮੀਆਂ ਦਾ ਚੰਨ ਉਨਾ ਆਖੇ ਜਿੱਥਾਂ ਇਲਮ ਹੀ ਮੁੱਕ ਵੈਂਦਾ ਹੈ, ਜਿੱਥਾਂ ਫਹਿਮ ਹੀ ਖਤਮ ਹੋ। ਜਿੱਥਾਂ ਸ਼ੂਰ ਦੀ ਆਖਰੀ ਹੱਦ ਹੈ, ਉਸ ਤੋਂ ਅੱਗਾਂ ਨਾ ਇਲਮ ਹੈ, ਨਾ ਅਕਲ ਹੈ, ਨਾ ਫਹਿਮ ਹੈ, ਨਾ ਸ਼ਊਰ ਹੈ, ਨਾ ਜ਼ਕਾਵਤ ਹੈ, ਨਾ ਫਤਾਨਤ ਹੈ, ਬਸ ਖਤਮ। ਕਹੇ ਆਖੇ ਅੱਬਾਸ ਕੋ ਕਮਰ ਬਣੀ ਆਸ਼ਮ, ਦੱਸਾਂ ਕਿਤਨੇ ਇਮਾਮ ਹਨ ਸਾਡੇ, ਬੋਲੋ ਜ਼ਰਾ।
ਬਾਰਾਂ, ਨਾ ਗਿਆਰਾਂ ਨਾ ਤੇਰਾਂ, ਕਿਤਨੇ? ਬਾਰਾਂ। ਬਾਰਾਂ ਇਮਾਮਾਂ ਚੋਂ ਨੌ ਇਮਾਮ ਜਿੱਦਾਂ ਹੀ ਕਰਬਲਾ ਮੁੱਲਾ ਆਏ ਅੱਬਾਸ ਦੇ ਰੋਜ਼ੇ 'ਤੇ, ਉਹਨਾਂ ਨਹੀਂ ਆਖਾ ਅਸਲਾਮ ਅਲੈਕਾ ਅਯੋ ਹਲ ਅੱਬਾਸ, ਉਹਨਾਂ ਨਹੀਂ ਆਖਾ ਅਸਲਾਮ ਅਲੈਕਾ ਯਬਨਾ ਅਲੀ। ਨੌ ਇਮਾਮ ਸਲਾਮ ਕਰਦੇ ਹਨ, ਅਸਲਾਮ ਅਲੈਕਾ ਯਾ ਕਮਰ ਬਨੀ ਹਾਸ਼ਮਿਨ। ਆਖੇ ਜੀ ਮਲੰਗਾਂ ਕੋ ਰੋਕੋ, ਅਲਮ ਕੋ ਚੁੰਮਦੇ ਕਿਉਂ ਹਨ? ਅਲਮ ਥੱਲੇ ਦੁਆਈ ਕਿਉਂ ਮੰਗਦੇ ਹਨ? ਜਨਾਬ ਅੱਬਾਸ ਜ਼ਹਿਨ ਚ ਰੱਖ ਕੇ ਤਾਜ਼ੀਮੀ ਸਜਦਾ ਕਿਉਂ ਕਰਦੇ ਹਨ? ਓਏ ਭੋਲੇ, ਜਿਹੜਾ ਅੱਬਾਸ ਇਮਾਮਾਂ ਦੀ ਨਜ਼ਰ ਚ ਨੇ, ਮਲੰਗਾਂ ਦੀ ਨਜ਼ਰ ਚ ਕਿਆ ਹੋ ਸੀ? ਸੁਭਾਨ ਅੱਲਾਹ, ਸੁਭਾਨ ਅੱਲਾਹ। ਸਾਈਂ ਬਸ਼ਰ ਦੀ ਨਿਗਾਹ ਤੇ ਇਮਾਮ ਦੀ ਨਿਗਾਹ ਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਜਿਹੜਾ ਫਹਿਮੇ ਆਸਮਾਨ ਦੇ ਸਰਦਾਰਾਂ ਕੋ ਚੰਨ ਦਿਸਦੇ ਸਾਕੂ ਕਿਹਾ ਹੈ ਤਾਂ ਮਿਹਰਬਾਨੀ ਹੈ ਅਕੀਦਤਮੰਦਾਂ ਦੀ, ਜੋ ਇੱਥੋਂ ਹੀ ਰੁਕ ਪੈਂਦੇ ਨੇ, ਵਰਨਾ ਅੱਬਾਸ ਤੋਂ ਅੱਬਾਸ ਹੈ। ਕਿਤਨੇ ਇਮਾਮ ਅੱਬਾਸ ਕੋ ਕਮਰ ਬਨੀ ਹਾਸ਼ਮ ਸੜੇਂਦੇ? ਬੋਲੋ, ਨੌ ਇਮਾਮ ਇਵੇਂ ਸਲਾਮ ਕਰਦੇ ਹੈ। ਤਵੱਜੋ, ਨੌ ਦਾ ਮਤਲਬ ਹੈ ਕਿ ਬਾਰਾਂ ਇਵੇਂ ਸਲਾਮ ਕਰਦੇ, ਕਿਉਂਕਿ ਸਾਰੇ ਜੋ ਮੁਹੰਮਦ ਹਨ। ਬਿਆਨ ਮੈਂ ਸਮੇਟ ਹੀ ਬੈਠਾ ਵੇ, ਹਲਫਨ ਅਤੇ ਕਸਮਨ ਦੱਸਾ ਹੈ, ਇਮਾਮ ਦਾ ਕੌਲ ਅਤੇ ਫੇਲ ਆਪਣੀ ਮਸ਼ੀਅਤ ਹੁੰਦੀ ਹੈ ਜਾਂ ਅੱਲਾਹ ਦੀ ਮਸ਼ੀਅਤ? ਤਾਂ ਵੱਤ ਮੰਨਣਾ ਪਊ ਸੀ ਅੱਬਾਸ ਕੋ ਜ਼ਾਹਿਰਨ ਤਾਂ ਇਮਾਮਾਂ ਦੀ ਜ਼ੁਬਾਨ ਕਮਰ ਸੜ ਰਹੀ ਆ, ਇਹ ਹਕੀਕਤ ਤੌਹੀਦ ਦਾ ਐਲਾਨ। ਅੱਬਾਸ ਨਿਗਾਹ ਖੁਦਾ ਚ ਚੰਨ, ਸੁਭਾਨ ਅੱਲਾ। ਔਰ ਇੱਕ ਅਫਸੋਸ ਹੈ ਮੈਂ ਆਪਣੇ ਉੱਤੇ, ਹੇ ਮੇਰੀ ਬੇਬਸੀ, ਹੇ ਮੇਰੀ ਲਾਚਾਰੀ, ਜਦੋਂ ਹੀ ਅਲਮ ਨਜ਼ਰ ਆਉਂਦਾ ਮਾਫ਼ੀ ਮੰਗਦੇ ਅੱਬਾਸ ਤੋਂ। ਪਤਾ ਵੀ ਕਿਹੜੀ ਚੀਜ਼ ਦੀ? ਕਿ ਜਿਵੇਂ ਹੱਕ ਹੈ ਨਾ ਅੱਬਾਸ ਦੀ ਵਫਾ ਦੱਸਣ ਦਾ, ਉਹ ਅਸਾਂ ਆਪਣੇ ਕਮਜ਼ੋਰ ਇਲਮ ਦੀ ਵਜ੍ਹਾ ਤੋਂ ਦੱਸਣਾ ਚਾਹੁੰਦੇ। ਤੁਹਾਡਾ ਮੂਡ ਕੋਈ ਨਹੀਂ ਤਾਂ ਮੈਂ ਤਾਂ ਕਾਫ਼ੀ ਪੜ੍ਹ ਗਿੱਦੇ, ਬਖਸ਼ਿਸ਼ ਦੀਆਂ ਦੋ ਅਢਾਈ ਹੰਝੂ ਆ ਗਈਆਂ ਮੇਰਾ ਖਿਆਲ ਹੈ, ਬਸ ਕਰ ਦਿਓ ਨਾ ਪੜ੍ਹੂ ਮਸਾਹਿਬ ਨੇ। ਕਿ ਜਿਵੇਂ ਹੱਕ ਹੈ ਨਾ ਅੱਬਾਸ ਦੀ ਵਫਾ ਦੱਸਣ ਦਾ, ਖੁਦਾ ਗਵਾਹ ਹੈ ਕੋਈ ਵੀ ਬਸ਼ਰ ਦੱਸ ਨਹੀਂ ਸੰਗਾ ਜੋ ਅੱਬਾਸ ਦੀ ਵਫਾ ਹੈ ਕਿਤਨੀ। ਕਿਆ ਮਾਨਾ ਕਿਆ ਹੈ ਵਫਾ ਦਾ? ਵਾਫੇ ਅਲੇ, ਵਫਾ ਦਾ ਕਿਆ ਮਾਨਾ ਹੈ? ਵਾਦਾ ਪੂਰਾ ਕਰਨਾ, ਵਫਾ ਦਾ ਮਾਨਾ ਵਾਦਾ ਪੂਰਾ ਕਰਨਾ। ਔਰ ਜਿਵੇਂ ਇਹ ਹੱਕ ਅੱਬਾਸ ਅਦਾ ਕੀਤਾ ਨਾ ਵਫਾ ਦਾ ਕਰਬਲਾ, ਸੁਭਾਨ ਅੱਲਾ, ਸੁਭਾਨ ਅੱਲਾ। ਚਲੋ ਚਲੋ, ਇੱਕ ਲਜ਼ਮ ਆਧਾ ਚਾਹੀਂ ਥਾਈ, ਪਹਿਲੇ ਆਧਾ ਚਾਹੀਂ। ਮਾਂ ਦੀ ਝੋਲੀ ਛੋੜੀਏ ਅੱਬਾਸ, ਸੈਣ ਮੁੱਲ ਬਨੀਨ ਪਹਿਲੇ ਦੀ ਆਖੇ ਅੱਬਾਸ, ਹਸਨ ਹੁਸੈਨ ਕੋ ਕਦਾਂ ਭੁੱਲ ਕੇ ਫਿਰਾ ਨਾ ਆਖੇ। ਸੁਭਾਨ ਅੱਲਾ, ਸੁਭਾਨ ਅੱਲਾ। ਅੰਮਾ ਤੋਂ ਕਿਹਾ ਸਾਡਾ ਫਰਮਾਇਆ ਸਰਦਾਰ ਹਨ ਤੁਹਾਡੇ, ਤੂੰ ਨੌਕਰ ਹੈ ਇਹਨਾਂ ਦਾ। ਔਰ ਇਹ ਵਜ੍ਹਾ ਹੈ ਕਿ ਜਿਹੜਾ ਈਰਾਨ ਦਾ ਬਾਦਸ਼ਾਹ ਨਾਦਰ ਕਰਬਲਾ ਜ਼ਰੀਏ ਅਤੇ ਸੋਨਾ ਲਵਾਵਣ ਲੱਗਾ ਨਾ, ਸੋਨਾ, ਇਹ ਆਦੇ ਮੈਂ ਪਹਿਲੀ ਰਾਤ ਸੁੱਤਾਂ ਮੇਰੇ ਕਮਰੇ 'ਚ ਬਗੈਰ ਬਾਜ਼ੂਆਂ ਦੇ ਅੱਬਾਸ ਆ ਗਏ। ਫਰਮਾਇੰਦੇ ਨਾਦਰ, ਜਿਹੜਾ ਸੋਨਾ ਮੇਰੀ ਕਬਰ ਵਾਸਤੇ ਗਿਨੇ, ਉਹ ਹੀ ਹੁਸੈਨ ਦੀ ਕਬਰ 'ਤੇ ਲਾ। ਸੁਭਾਨ ਅੱਲਾ, ਸੁਭਾਨ ਅੱਲਾ। ਨਰਾਦੇ ਨਾਦਰ ਆਦੇ, ਕਿਉਂ ਮੌਲਾ ਤੋਂ ਮੇਰਾ ਤੋਹਫ਼ਾ ਪਸੰਦ ਨਹੀਂ? ਫਰਮਾਇਆ, ਤੁਹਾਡਾ ਤੋਹਫ਼ਾ ਤਾਂ ਪਸੰਦ ਹੈ, ਮੇਰੀ ਇੱਕ ਮਜਬੂਰੀ ਹੈ, ਮੈਂ ਪੂਰੀ ਜ਼ਿੰਦਗੀ ਨੌਕਰ ਅਤੇ ਗੁਲਾਮ ਸਡਵਾਏ ਹੁਸੈਨ ਦਾ।
ਖੁਦ ਦੱਸਾ ਜੇ ਦੋਵਾਂ ਕਬਰਾਂ 'ਤੇ ਸੋਨਾ ਲੱਗ ਗਿਆ, ਪਤਾ ਕਿਵੇਂ ਲੱਗ ਸੀ? ਨੌਕਰ ਦੀ ਕਿਹੜੀ ਹੈ, ਸਰਦਾਰ ਦੀ ਕਿਹੜੀ? ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ। ਦੇਰ ਪੜ ਗਈਆਂ, ਬਸ ਥੋੜ੍ਹਾ ਜਿਹਾ ਸੁਣ ਕਿਨੂੰ ਵੀ ਆ ਮਜਾ ਲੈ ਸਹੀ, ਮਜਾ ਲੈ ਸਹੀ। ਅੱਛਾ, ਵਫਾ ਦਾ ਮਾਨਾ ਕਿਆ ਦੱਸਾਂ? ਵਾਦਾ ਪੂਰਾ, ਰਿਸ਼ਤੇ ਨਾਲ ਵਫਾ ਕੀਤੀ ਕਰੋ। ਹਯਾਦਾਰੀ ਔਰ ਵਫਾ ਹੀ ਹਕੀਕਤ ਹੈ ਔਰਤੀ। ਅਬਾਸ ਨੇ ਆਖਰੀ ਟਾਈਮ ਦੱਸਿਆ ਜੋ ਵਫਾ ਕਿਹੜੀ ਸ਼ੈ ਹੈ, ਕਿਵੇਂ? ਇਮਾਮ ਹੁਸੈਨ ਅਲੈਹਿਸ ਸਲਾਮ ਇਜਾਜ਼ਤ ਦਿੱਤੀ ਹੈ ਮੈਦਾਨ ਦੀ, ਮਾਸੂਮਾ ਅਤੇ ਪਿਆਰੀ ਦੀ ਚਾਚੇ ਕੋ ਮਸ਼ਕੀ ਦਾ ਪਵਾਇਆ। ਵਫਾ ਦਾ ਮਾਨਾ ਵਾਦਾ ਪੂਰਾ ਕਰਨਾ ਸਾਈਂ, ਬਸ ਮੈਂ ਛੁੜਿਆਂਦਾ ਪਿਆ ਸਾਈਂ। ਵਫਾ ਦਾ ਮਾਨਾ ਵਾਦਾ, ਇਜਾਜ਼ਤ ਹੀ ਖਿੰਨ ਕੀਤੀ ਇਸ ਮਸ਼ਾ ਕਿ ਪਾ ਖੜੇ। ਹੁਣ ਅਬਾਸ ਇੰਤਜ਼ਾਰ 'ਚ ਦੇਖਾਂ ਮੈਂ ਕੋਈ ਤਲਵਾਰ ਕਿਹੜੇ ਲਈ ਮਿਲਦੀ ਹੈ। ਹੁਸੈਨ ਤਲਵਾਰ ਨਹੀਂ ਨੇਜ਼ਾ ਦਿੱਤਾ ਹੈ ਭਾਈ, ਅਬਾਸ ਪਹਿਲਾ ਸ਼ਹੀਦ ਹੈ ਕਰਬਲਾ ਦਾ। ਜੇ ਕੋਈ ਤਲਵਾਰ ਨਹੀਂ ਮਿਲੀ, ਹਰ ਕਹੀਂ ਕੋਈ ਤਲਵਾਰਾਂ ਮਿਲੀਆਂ, ਅਬਾਸ ਕੋ ਸਿਰਫ ਨੇਜ਼ਾ। ਅਬਾਸ ਦੇ ਆਖਾ ਤੇ ਮੈਂ ਕੋਈ ਤਲਵਾਰ ਕਿਉਂ ਨਹੀਂ ਫਿਰ ਦਿੰਦੇ? ਫਰਮਾਇਆ ਤੂੰ ਲੜਨ ਨਹੀਂ ਵਹਿੰਦਾ ਪਿਆ, ਤੂੰ ਪਾਣੀ ਭਰਨ ਵਹਿੰਦਾ ਪਿਆ। ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ। ਵਫਾ ਦਾ ਮਾਨ ਹੈ ਵਾਦਾ, ਤੈਂ ਲੜਨਾ ਸਾਈਂ। ਮੈਂ ਤਾਂ ਪੂਰੀ ਜ਼ਿੰਦਗੀ ਡਾਹਵੀਂ ਦੇ ਡੀਂਹ ਦਾ ਇੰਤਜ਼ਾਰ ਕੀਤੇ, ਜੋ ਡੀਂਹ ਚੜ੍ਹਸੀ ਤੇ ਮੈਂ ਸਾਰੇ ਬਦਲੇ ਗਿਣਸਾਂ। ਮੈਂ ਇਹਨਾਂ ਕੋਲ ਪੁੱਛਾਂ ਜੋ ਮਦੀਨੇ ਦੇ ਸਰਦਾਰਾਂ ਕੋ ਕਿਵੇਂ ਮਦੀਨਾ ਛੁਡਵਾਇਆ ਵੇ। ਮੈਂ ਇਹਨਾਂ ਕੋਲ ਪੁੱਛਾਂ ਜੋ ਸਾਡੇ ਬੱਧੇ ਹੋਏ ਇਹਰਾਮ ਕਿਵੇਂ ਤੁੜਵਾਏ ਵੇ। ਮੈਂ ਇਹਨਾਂ ਕੋਲ ਪੁੱਛਾਂ ਜੋ ਕੌਸਰ ਦੇ ਮਾਲਕਾਂ ਦਾ ਪਾਣੀ ਕਿਵੇਂ ਬੰਦ ਕੀਤਾ ਵੇ। ਤੁਸਾਂ ਦਿਓ ਲੜਨਾ ਨਹੀਂ? ਫਰਮਾਇਆ ਮੇਰਾ ਹੁਕਮ ਹੈ ਜੰਗ ਨਹੀਂ ਕਰਨੀ। ਨੇਜ਼ਾ ਕਿਉਂ ਦਿੱਤਾ ਵੇ? ਮਸ਼ਕ ਦੇ ਦਿਫਾ ਵਾਸਤੇ, ਤਾਂ ਕਿ ਮਸ਼ਕ ਮਹਿਫੂਜ਼ ਹੋ ਕੇ ਖਿਆਮ ਆਵਾ। ਬਸ ਮੈਂ ਪੜ੍ਹੀ ਖੜਾਂ ਯਾਰ, ਤਮੀਜ਼ ਮੁਕਾਈ ਖੜਾਂ, ਦੇਖੋ ਮੇਰੇ ਪਾਸ। ਅੱਬਾਸ ਇੱਕ ਦਫ਼ਾ ਵੱਧ ਤੱਕ ਹੈ ਸਰ ਝੁਕਾ ਕੇ, ਕਿਉਂ ਪਏ ਭੇਜਦੇ ਹੋ? ਫਰਮਾਇਆ ਪਾਣੀ ਵਾਸਤੇ। ਆ ਦਿਨ ਥੱਕ ਨਹੀਂ ਵੇ ਪਏ ਤੇ ਇੱਕ ਦਫ਼ਾ ਵੱਧ ਦੱਸੋ ਕਿਉਂ ਭੇਜਦੇ ਪਏ ਹੋ? ਹੁਸੈਨ ਫਰਮਾਇਦੇ ਨੇ ਪਾਣੀ ਵਾਸਤੇ। ਜ਼ਿੰਦਗੀ 'ਚ ਪਹਿਲੀ ਦਫ਼ਾ ਸਰ ਚਾਇਆ ਹੁਸੈਨ ਦੇ ਸਾਹਮਣੇ ਅਤੇ ਠੱਡਾ ਸਾਹਿਬ ਹਰ ਕਿਹਾ ਦੇ, ਜੇ ਪਾਣੀ ਵਾਸਤੇ ਭੇਜਦੇ ਪਏ ਹੋ ਨਾ, ਵਤ ਮੈਂ ਵਾਅਦਾ ਪਿਆ ਕਰਦਾ, ਪਾਣੀ ਆਸੀ ਤਾਂ ਮੈਂ ਆਸਾਂ, ਜੇ ਪਾਣੀ ਨਾ ਆਇਆ ਤਾਂ ਮੈਂ ਅੱਬਾਸ ਕੋਈ ਨਾ। ਪਾਣੀ ਵਾਸਤੇ ਭੇਜਾਵੇ ਨਾ, ਤੋ ਫਿਰ ਨੌਕਰ ਦੇ ਹੀ ਇੱਕ ਵਾਅਦਾ ਹੀ ਵੇ, ਪਾਣੀ ਆਸੀ। ਮੈਂ ਯਾਰ ਤੁਸਾਂ ਕੋਈ ਪਹਿਲੀ ਦਫ਼ਾ ਨਹੀਂ ਵੇ ਸੁਣਦੇ ਪਏ ਮਜਲਿਸ, ਤੁਸਾਂ ਤੇ ਮਰੂਸੀ ਸ਼ੀ ਆਈ ਵੇ, ਆਪਣੀਆਂ ਜ਼ਿੰਦਗੀਆਂ ਗੁਜ਼ਰਦੀਆਂ ਪਈਆਂ ਵੇ ਮਜਲਿਸ। 72 ਸ਼ਹੀਦ ਹਨ ਨਾ, ਹੁਸੈਨ ਦੀ ਲਾਸ਼ ਤਾਂ ਚਾਹਵਣ ਵਾਲਾ ਕੋਈ ਨਾ ਆਈ, 70 ਲਾਸ਼ ਹੁਸੈਨ ਖੈਮੇ ਗਿਣਨਾ ਹੈ, ਇੱਕ ਲਾਸ਼ ਅੱਬਾਸ ਦੀ ਏ ਜਿਹੜੀ ਖੈਮੇ ਨਹੀਂ ਆਈ। ਜਿੱਥਾਂ ਅੱਬਾਸ ਜਣੇ ਉੱਥਾਂ ਹੀ ਅੱਬਾਸ ਦੀ ਕਬਰ ਹੈ ਅੱਜ। ਕਿਆ ਵਜ੍ਹਾ ਗਾਜ਼ੀ ਦੀ ਲਾਸ਼ ਕਿਉਂ ਨਹੀਂ ਗਿਣਾਇਆ? ਚਾਰ ਨਹੀਂ ਸਕਦਾ ਬੁੱਢੜਾ, ਅੱਜ ਕਮਜ਼ੋਰ ਆਈ,
जै ज़ैफ़ी च अकबर जे मसलां दे दी लाश चाह दी है। अब्बास दी क्यों नहीं चाह सका, क्यों नहीं गिना है? लाश चाहते गाजी की लाश लुट वेंदी है, वच चाहते गाजी की लाश झण पौंदी है। हुसैन रो के फरमाते हैं गाजी जंग की इजाजत ने दिती, रुस पे हैं। हाय 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 सुभान अल्लाह, क्यों शर्मा दे बैठे? सुभान अल्लाह सुभान अल्लाह सुभान सुभान जी जी मजाल है सही। अब्बास तो लड़ने की इजाजत नहीं दिती, रुस पे हैं। हालांकि मैं एक लफ्ज़ आदा सही वसीम सजाद, एक लफ्ज़ आदा अगर तुसा समझ गीता तो जिंदगी का समान है गामी। मैं जेड़ा पंडित 30 साल करबला को पढ़े ना तारीख करबला दी, मैं पूरी जिम्मेदारी नाल खड़ा था सारिया लाशा चूं डामी आले दी खैमच सब तो ज्यादा परदादारा को इंतजार ही अब्बास दी लाश दा है। कई बीबी आदि गाजी दी लाश आसी मैं कदमा ते सर रख के पुछसा तेरे आसरे ते टुरी आसे असा किन वजना है? सुभान अल्लाह सुभान अल्लाह। अब्बास क्यों नहीं जुलदा? गाजी आदे साईं जड़िया लाशा खैमे घिन गए वे ना उन्हें को तुसा टोरा हा मैदान, मैं को मैदान भेजे तुहाड़ी मासूम मंदी ते मैं कीता हाई पानी दा वादा, मैं को जेड़े वेले दा टोरस खैमा दे अंदर कोई नहीं गई ओ बारू खड़ी है ते बाला को आधी खड़ी है कतार बनाओ बर्तन संभालो बगैर पानी दे अब्बास ना से मत मेरी लाश वन्ने ता आखे चा अब्बास पानी गाजी पानी नहीं घिन आया। बस आज तक अब्बास मासूमा दा अपने आप को मकरूद समझदे, यह तवज्जो जो रोजाना जाकर पढ़ते खड़े होंगे उलमा जो अब्बास की शहादत ते इन शहाद अब्बास की कबर ते इन सैन की शहादत पढ़ना मन है गाजी की कबर हलन लग गई। जाकिर साहब को भी मजमून पढ़ चा मैं को इवें लगते हूँ मैं को मासूमा टुरें पी है तुसा तो मैं कहें मकरूद हो ना साड़ी कोशिश होंगी है जो वह बंदा साढ़े सामने ना आवे कर्जा जो डेवना है शर्मिंदगी होंगी है ना बाबा गली तब्दील चक्रे सो रस्ता बदल सोचा ते कदा ही आई वन्ने इतफाकन सामने असा शर्म तुडू हथ मुँह लुकैने ला इला इला मुहम्मद रसूलुल्लाह अली वलीउल्लाह यारम मुहर्रम। हर मस्तूर अब्बास दी लाश ते आईए अब्बास दी लाश इवें सीधी रही है जेड़े ले सकीना आईए अब्बास दी लाश उलट गई है हथ तहन को जो मुँह लुकावे हा हुसैन की धी निके निके हाथ बन के कहीं वेले सज्जू वाल आँदी है कहीं वेले खबू वाल आँदी है आदि अब्बास मैडो देख मुँह न लुका मैं पानी ना मंगदी। सुभान अल्लाह सुभान रो पवो यार तुहाडे वास्ते पड़दा खड़ा तुहाडे रोवण वास्ते पड़दा खड़ा कहीं वेले खबू वाल आँदी है गाजी मुँह न लुका मैडो देख मैं तेरे को पुछण आई हाँ जो शाम किवें वंजना है। अब्बास वफा दा हक अदा किते करबला सवाल करो सकलैन मशक ते अलम घिन तो अब्बास गए हैं अब्बास तो फुरात दे किनारे अलकमा दे किनारे लह गए क्या अब्बास दियां निशानियां खैमे आईन जे आईन तो कौन घिना है? हुसैन पहले फटी हुई मशक चाहिए मशक दे बाद अलम बुलंद कीते अलम दा बुलंद होना खैमा दे बारू हुसैन दी छोटी धी दिठे वस सजे खबे दे गया दिए बालो मैं आखा जुहा बगैर पानी दे अब्बास। सुभान अल्लाह सुभान अल्लाह सुभान ओ दिठवे ओ दिठवे अलम बुलंद हो गए ओ दि मेरा चाचा पानी घिधी आंदे जिवें जिवें अलम खैमा दे नेड़े आंदा गे बच्चा दी उम्मीद हौसला वधदा गे अब्बास पानी गिदी आंदा कहीं वेले कोई बाल सज्जू भुलेंद कहीं वेले खबू भुलेंद निके निके हथ बन गया दिन मासूमा तेरा चाचा है तुसा मशकी दा पवा के भेज जना पानी दी मशक आसी वंडन ते थोड़ी ड्यूटी लग सी बाल कोई आदे पहले मैं को देवे मैं को बहु त्रेह लगी कोई खब्बे पासू बाल आदे पहले मैं को देवे मैं को बहु त्रेह लगी है
मैं आधा आसमान जमीन ते ढह पिया होया, कायनात खत्म हो गई होया, इकला हुसैन चढ़े बच्ची कई वेले बाबे दो दे दिए, कई वेले बालां दो दे दिए। आदि अज पानी न मंगाए मैं पता करें दिया, मेरा चाचा क्यों नहीं आया। आदि मैं गुदा गया बगैर पानी दे, मैं कोई ना सा। कर गए सुभान अल्लाह सुभान। दौड़िए बच्चे उठा ही खड़े, बिताली बच्चा उठा ही खड़े, खाली जाम हथा च मासूमा वाले कदम चन, काफी कदम अगर वध के बाबे दी अबा न पिए हसरत नाल पी उदा चेहरा डिठा, बाबा अलम तवाले मेरा चाचा के थे, मिंबर दी कसम है जड़ा हुसैन अकबर दिला ओ चा सकदा। जद सकीना अब्बास दा पुछे त्रै दफा हुसैन बैठे वत उठे, दी दियां चोटियां चुमकिया दिन आमदन खैर दी होई, अब्बास मारी अगी। मेरा पढ़ना सौखा है तेरा सुनना सौखा है, जदा बिताली बच्चे सुने जो अब्बास मारी आगी है, बिताली बच्चा जमीन ते झड़े जिन्ना जो सात बाल नहीं उठे, हुसैन जैंदी नबज ते हाथ लैंदे इन्ना लीला है। फरमाने नाना मदीना छोड़ मेरे यतीमां दी हालत, मातम कर यार सीना क्यों प्यारा करें दा बैठे हैं, आंख ना है अब्बास, आंख ना है अब्बास। जी बाबा जी बाबा, हौसला हौसले ना हौसले ना अलब हौसले ना। अब्बास दी शहादत दा सुन के डामी वाले नहीं, हुसैन दे सच बच्चे फौत हो गए, सिर्फ इसे अरमान तू जो अब्बास मारे आगे। हुसैन काफी देर लाशें चावन दी कोशिश करें मगर ही कल्ला गरीब है, सत लाशा नहीं चवी दी। हुसैन सड़े ही देख दे खबे ही देख दे वाता दे क्यों ना होवे लाशा चावन आस्ते आदि भईवाल भेण गुसरना, हुसैन भेण दे खैमा दो रोक कर गया दे आलिया जल्दी आ मेरे नाल लाशा चवा। ओ मुकानियो भिरा दी पहली हकल तिया मनाली भेण नहीं आई, हुसैन को बाल भोल गए भेण दे खैमा दो दौड़ी है, देखा जो केड़ी मजबूरी बनी है, हुसैन आदल में डिठे तो मेरी भेण दी चादर लथी। सुभान अल्लाह थक गए वे या एक रिवाया सुनन दी सकत है। मुकम्मल तक क़यामत तक नहीं हो सकता, एक रिवायत मैं तुहाकू सुना देन। कितने दवार बैठे हो करबला दे बैठे हो? हाँ हाँ अखर च करो तो इज्जत वाली गल है, नेकी जाहिर कीती करो ताकि बे लोगों के वे शौक पैदा थी सीधे। फखर वास्ते भी ना लोग शौक पैदा करन वास्ते काफी जवार बैठे करबला दे, जड़ी नहर दे किनारे ते गाजी दे बाजू कलम हो, उस नहर दा नाम है नहरे अलकुमा। केड़ी नहर? नहरे अज ओ नहर करबला कोई नहीं, हा एक नहर मौजूद है ये अलकुमा नहीं, लोग वैसे अक्सर उसे को अलकुमा समझे ने। ये नहरे नहरे हिंदी नहरे हुसैनी दू 250 साल पहले लखनऊ दी एक शहजादी बनवाई आई, जो फुरात दूर थी वेंदा करबला दे लोग पानी तो औखे थी ने, जाती खर्चे ते नहर बनवाई है, पूछो सकलाइन अलकुमा किन गई है। हुसैन दी शहादत दे बाद पूरा साल वांदी रही है, तेरा चौथा इमाम परदादारा नाल शाम दी कैद गुजार के आए करबला, पहले सारे सरना कुलाशा नाल दफनाया, वाता दे फुपी अम्मा मैं देखा मन के नहरे अलकुमा कुड़ेदा, सज्जा आधी रात वधी हो ये नहरे अलकुमा दे किनारे ते आ खड़े, कोई वेला जो याद आया रो के आदे अजा वांदी पईए।
ਸ਼ਾਬਾ ਸ਼ਾਬਾ ਸ਼ਾਬਾ। ਰੋਵੋ ਨਾ ਯਾਰ, ਤੁਹਾਡੇ ਰੋਵਣ ਵਾਸਤੇ ਤਾਂ ਮੈਂ ਪੜ੍ਹਦਾ ਖੜਾ, ਤੁਹਾਡੇ ਰੋਵਣ ਵਾਸਤੇ ਤਾਂ ਮੈਂ ਪੜ੍ਹਦਾ ਖੜਾ। ਅੱਜਾ ਵਹਿੰਦੀ ਪਈ ਹੈ, ਖਤਮ ਕਿਉਂ ਨਹੀਂ ਥੀ ਗਈ? ਮਿੰਬਰ ਦੀ ਕਸਮ ਹੈ, ਸੱਜਾ ਦੀ ਗਾਲ ਨਹਿਰ ਬਰਦਾਸ਼ਤ ਨਹੀਂ ਕੀਤੀ। ਨਹਿਰ ਦੇ ਦੋਹੇ ਕਿਨਾਰੇ ਮਿਲ ਗਏ, ਥੱਲੇ ਪਾਣੀ ਵਹਿੰਦਾ ਪਿਆ, ਛੁਪ ਕੇ ਵਹਿੰਦਾ ਪਿਓ, ਤੂੰ ਕਿਨਾਰੇ ਮਿਲ ਗਏ। ਮਿੰਬਰ ਦੀ ਕਸਮ ਹੈ, ਉਹ ਪਾਣੀ ਹੈ ਜਿਹੜਾ ਜ਼ੇਰੇ ਜ਼ਮੀਨ ਗਾਜ਼ੀ ਦੀ ਕਬਰ ਦਾ ਤਵਾਫ ਖੜਾ ਕਰੇਂਦਾ। ਤਵਾਫ ਨਹੀਂ ਪਾਣੀ ਅੱਬਾਸ, ਤੂੰ ਮਾਫ਼ੀ ਖੜਾ ਮੰਗਦਾ। ਆਦੇ ਗਾਜ਼ੀ ਉੱਠੀ ਮਸ਼ਕ ਜਾ, ਜਿਤਨਾ ਲੋੜ ਹੀ ਭਰ ਗਏ। ਓ ਅਜਾ ਸਕੀਨਾ ਤਸੀਏ, ਅਜਾ ਅਸਗਰ ਦੱਸੇ।